ਵਿਧਾਨਸਭਾ ਚੋਣਾਂ 'ਚ ਹਾਰਨ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਅਜਮਾਉਣਗੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣਾਂ 'ਚ ਕਿਸਮਤ। ਲੁਧਿਆਣਾ ਪਹੁੰਚੇ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਿੱਧੂ ਮੂਸੇਵਾਲੇ ਨੇ ਉਹਨਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅੱਜ ਕਾਰੋਬਾਰੀਆਂ ਦੇ ਨਾਲ ਮੀਟਿੰਗ ਕਰਨ ਦੇ ਲਈ ਲੁਧਿਆਣਾ ਪਹੁੰਚੇ, ਜਿੱਥੇ ਭਾਰੀ ਗਿਣਤੀ ਵਿੱਚ ਸਮਰਥਕਾਂ ਨੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ। ਪਰ ਜਿਹੜੇ 5 ਮੈਂਬਰ ਪਾਰਲੀਮੈਂਟ ਆਮ ਆਦਮੀ ਪਾਰਟੀ ਨੇ ਬਣਾਏ ਹੈ, ਉਹਨਾਂ ਦੇ ਵਿੱਚ ਕੋਈ ਵੀ ਪੰਜਾਬ ਦਾ ਬੰਦਾ ਨਹੀਂ ਹੈ। ਅਤੇ ਜਿਹੜੀ ਰਾਜ ਸਭਾ ਹੁੰਦੀ ਹੈ ਇਹ ਅਪਰ ਹਾਊਸ ਹੁੰਦਾ। ਇਹ ਅਪਰ ਹਾਊਸ ਦਾ ਮਤਲਬ ਹੈ ਕਿ ਸੂਬੇ ਦੀ ਜਿਹੜੀ ਨੁਮਾਇੰਦਗੀ ਹੈ, ਰਾਜ ਸਭਾ ਆਪਣੇ ਸੂਬੇ ਦੀ ਨੁਮਾਇੰਦਗੀ ਕਰਨਗੇ। ਜਦੋਂ ਤੁਸੀਂ ਮੈਂਬਰ ਰਾਜ ਸਭਾ ਦੇ ਗੈਰ ਸੂਬੇ ਤੋਂ ਭੇਜ ਦਿੱਤੇ ਹੈ ਤਾਂ ਫਿਰ ਨੁਮਾਇੰਦਗੀ ਆਪਣੇ ਸੂਬੇ ਪੰਜਾਬ ਦੇ ਕੀ ਕਰ ਸਕਣਗੇ। ਸਾਰਾ ਕੁਛ ਉਲਟ ਪੁਲਟ ਕੀਤਾ ਪਿਆ ਇਸ ਆਮ ਆਦਮੀ ਪਾਰਟੀ ਨੇ। ਹੁਣ ਮੈਨੂੰ ਮੇਰੀ ਪਾਰਟੀ ਅਤੇ ਲੋਕਾਂ ਨੇ ਕਿਹਾ ਕਿ ਤੁਸੀਂ ਸੰਗਰੂਰ ਤੋਂ ਬਾਈ ਇਲੈਕਸ਼ਨ ਲੜੋਗੇ, ਅਤੇ ਮੈਨੂੰ ਫਖਰ ਹੈ ਕਿ ਮੇਰੀ ਪਾਰਟੀ ਅਤੇ ਪੰਜਾਬ ਦੇ ਲੋਕ ਮੈਨੂੰ ਲੜਾ ਰਹੇ ਹੈ। ਮੇਰੀ ਲੜਾਈ ਮੁਸ਼ਕਲ ਹੈ, ਕਿਉਂ ਕਰਕੇ ਮੈਂ ਸਿਟਿੰਗ ਜਿਹੜਾ ਬੈਠਾ ਹੋਇਆ ਮੈਂਬਰ ਪਾਰਲੀਮੈਂਟ ਹੈ ਭਗਵੰਤ ਜੀ ਅਤੇ ਚੀਫ ਮਿਨਿਸਟਰ ਵੀ ਹੈ ਉਹਦੇ ਖਿਲਾਫ਼ ਮੈਨੂੰ ਸਾਰਾ ਪੰਜਾਬ ਲੜਾ ਰਿਹਾ। ਅਤੇ ਮੈਂ ਸਾਰੀ ਪਾਰਟੀਆਂ ਨੂੰ ਬੇਨਤੀ ਕਰਦਾ ਕਿ ਜੇ ਇੱਕ ਵਾਰੀ ਇਹ ਦਿੱਲੀ ਦੀ ਹਕੂਮਤ ਨੂੰ ਸਿਰੋਂ ਲਾਉਣਾ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਅਮਦਾਦ ਸੰਗਰੂਰ ਦੇ ਇਲੈਕਸ਼ਨਾਂ ਦੇ ਵਿੱਚ ਕੀਤੀ ਜਾਵੇ। 4 ਤਰੀਕ ਨੂੰ ਅਸੀਂ ਆਪਣੇ ਪੇਪਰ ਭਰਨੇ ਹੈ ਅਤੇ ਤੁਸੀਂ ਜ਼ਰੂਰ ਸਾਰਿਆਂ ਨੇ ਉੱਥੇ ਆਉਣਾ ਹੈਗਾ। ਔਰ 6 ਤਰੀਕ ਨੂੰ ਘੱਲੂਘਾਰਾ ਦਿਵਸ ਹੈ, ਜਿਸ ਦਿਨ 1984 ਦੇ ਵਿੱਚ ਇੰਦਰਾ ਗਾਂਧੀ ਅਤੇ ਹਿੰਦੁੱਤਵਾ ਦੇ BJP RSS CPI CPM ਨੇ ਦਰਬਾਰ ਸਾਹਿਬ ਦੇ ਉੱਤੇ ਸਟੇਟਲੈਸ ਸਿੱਖਸ ਦੇ ਉੱਤੇ ਰੂਸ ਦੀ ਫੌਜ, ਬਰਤਾਨੀਆ ਦੀ ਫੌਜ ਅਤੇ ਆਪਣੀ ਫੌਜ ਦਾ ਹਮਲਾ ਕੀਤਾ ਸੀਗਾ। ਉਹ ਅਸੀਂ ਧੁੰਮ ਧਮਾਂ ਦੇ ਨਾਲ ਮਨਾਉਣਾ, ਪਰ ਅਸੀਂ ਮਨਾਉਣਾ ਅਮਨ ਪਸੰਦ ਤਰੀਕੇ ਦੇ ਨਾਲ। ਸੋ ਮੈਂ ਸਾਰੇ ਵੀਰਾਂ ਨੂੰ ਕਹਿੰਦਾ ਕਿ ਉੱਥੇ ਬਿਲਕੁਲ ਆਪਾਂ ਨੇ ਉੱਚੀ ਆਵਾਜ਼ ਦੇ ਵਿੱਚ ਨਹੀਂ ਕਹਿਣਾ, ਕਿਉਂ ਕਰਕੇ ਅਸੀਂ ਆਪਣੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨੀ ਹੈ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਅਤੇ ਜਿਹੜੇ ਉਹਨਾਂ ਦੇ ਨਾਲ ਯੋਧੇ ਪਹਿਲਾਂ ਸਿੱਖ ਆਜ਼ਾਦੀ ਦਾ ਜਿਹੜਾ ਜੰਗ ਸੀਗਾ ਉਹਦੇ ਵਿੱਚ ਸ਼ਹੀਦ ਹੋਏ ਆ। ਅਤੇ ਹੁਣ ਟਾਈਮ ਹੈਗਾ, ਹੁਣ ਜਿਹੜੀ ਜਿਹੜੀ ਪਾਰਟੀ ਕਹੂਗੀ ਸਿਮਰਨਜੀਤ ਸਿੰਘ ਮਾਨ ਸਾਡੇ ਕੋਲ ਆਵੇ ਅਤੇ ਵਾਰਸ ਪੰਜਾਬ ਤਲਵਾੜਾ ਸਾਹਿਬ ਦੇ ਨਾਲ ਹੁਣੇ ਮੈਂ ਗੱਲਬਾਤ ਕਰਕੇ ਆਇਆ ਅਤੇ ਉਹਨਾਂ ਨੇ ਕਿਹਾ ਵਾਰਸ ਪੰਜਾਬ ਦੇ ਪੂਰੀ ਤਰ੍ਹਾਂ ਤੁਹਾਡੀ ਇਮਦਾਦ ਕਰਨਗੇ। ਜਿਹੜੀ ਪਾਰਟੀ ਮੈਨੂੰ ਬੁਲਾਊਗੀ ਮੈਂ ਕੈਂਡੀਡੇਟ ਹੈ ਅਤੇ ਮੈਂ ਹੱਥ ਜੋੜ ਕੇ ਆਪਣੀ ਵੋਟ ਮੰਗਣ ਜਾਊਂਗਾ। ਤੁਹਾਡੀ ਪਾਰਟੀ ਵੱਲੋਂ ਵੀ ਅਪਰੋਚ ਕੀਤੀ ਜਾ ਰਹੀ ਹੈ ਪੰਥਕ ਪਾਰਟੀਆਂ ਨਾਲ ਗੱਲਬਾਤ ਕਰਨ ਦੀ? ਸਾਰੇ ਪਾਸੇ ਮੈਂ ਕਿਹਾ ਹੱਥ ਜੋੜ ਕੇ ਜਿਹੜਾ ਇਲੈਕਸ਼ਨ ਲੜਦਾ ਹੁੰਦਾ ਉਹ ਹੱਥ ਜੋੜ ਕੇ ਵੋਟ ਦੇ ਲਈ ਮੰਗ ਕਰਦਾ ਹੈਗਾ। ਜਸਕਰਨ ਸਿੰਘ ਜੀ ਥੋੜ੍ਹੇ ਦਿਨ ਪਹਿਲਾਂ ਕੱਲ੍ਹ ਜਾਂ ਪਰਸੋਂ ਸਿੱਧੂ ਮੂਸੇਵਾਲ ਸਾਹਿਬ ਨੂੰ ਮਿਲ ਕੇ ਆਏ ਨੇ, ਕੀ ਲੱਗਦਾ ਕਿ ਆਉਣ ਵਾਲੀ ਚੋਣਾਂ 'ਚ ਤੁਹਾਡਾ ਪ੍ਰਚਾਰ ਕਰ ਸਕਦੇ? ਬਿਲਕੁਲ, ਮੂਸੇਵਾਲ ਸਾਹਿਬ ਨੇ ਕੱਲ੍ਹ ਮੇਰੇ ਨਾਲ ਗੱਲ ਕੀਤੀ ਹੈ, ਉਹਨਾਂ ਨੇ ਕਿਹਾ ਕਿ ਪੂਰਾ ਅਸੀਂ ਤੁਹਾਡੀ ਅਮਦਾਦ ਕਰ ਰਹੀ ਹੈ। ਕੀ ਲੱਗਦਾ ਕਿ ਜਿਵੇਂ ਅੰਮ੍ਰਿਤਗੜ੍ਹ ਦੇ ਵਿੱਚ ਜਿਵੇਂ ਦੀਪ ਸਿੱਧੂ ਹੈ ਚਾਹੇ ਉਸ ਦੁਨੀਆ ਵਿੱਚ ਨਹੀਂ ਰਹੇ ਤਾਂ ਉਹਨਾਂ ਦੀ ਜਦੋਂ ਸੋਸ਼ਲ ਮੀਡੀਆ 'ਤੇ ਖਬਰਾਂ ਫੈਲਦੀਆਂ ਸੀ ਕਾਫੀ ਜ਼ਿਆਦਾ ਤੁਹਾਨੂੰ ਹੁੰਗਾਰਾ ਮਿਲਿਆ ਸੀ, ਕੀ ਲੱਗਦਾ ਕਿ ਸਿੱਧੂ ਮੂਸੇਵਾਲੇ ਜੁੜਨ ਦੇ ਨਾਲ ਵੀ ਤੁਹਾਨੂੰ ਕੋਈ ਫਾਇਦਾ ਹੋਵੇਗਾ? ਤੁਹਾਡਾ ਜੁੜਨ ਦੇ ਨਾਲ ਵੀ ਸਾਨੂੰ ਬਹੁਤ ਫਾਇਦਾ ਹੋਊਗਾ, ਮੂਸੇਵਾਲ ਸਾਹਿਬ ਦਾ ਵੀ ਹੋਊਗਾ, ਸਾਰਿਆਂ ਦਾ ਹੋਊਗਾ। ਤੁਸੀਂ ਆਪਣੇ ਆਪ ਨੂੰ ਵੀ ਵਿੱਚ ਮੇਰਾ ਸਮਰਥਨ ਸਮਰਥਕ ਸਮਝੋ। ਸਰ ਮਾਨ ਸਾਹਿਬ, ਆਮ ਆਦਮੀ ਪਾਰਟੀ ਨੇ ਸਿੱਚੇਵਾਲ ਸਾਹਿਬ ਨੂੰ ਰਾਜ ਸਭਾ ਮੈਂਬਰ ਬਣਾਇਆ ਕਿਉਂਕਿ ਉਹ ਇੱਕ ਸਮਾਜ ਸੇਵਕ ਨੇ, ਉਹਨਾਂ ਨੇ ਪਾਣੀ ਲਈ ਬਹੁਤ ਕੰਮ ਕੀਤਾ ਹਰਿਆਲੀ ਲਈ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਉਹ ਜੋ ਉਹਨਾਂ ਨੇ ਉਹਨਾਂ ਨੂੰ ਉਹ ਦਿੱਤਾ ਹੈ ਕਿ ਅਜੇ ਤੱਕ ਕਿਸੇ ਵੀ ਪਾਰਟੀ ਨੇ ਇਹ ਉਹਨਾਂ ਨੂੰ ਅਹੁਦਾ ਦੇਣ ਦੀ ਕੋਸ਼ਿਸ਼ ਨਹੀਂ ਕੀਤੀ? ਉਹਨਾਂ ਨੇ ਜਿਹੜਾ ਉਹਨਾਂ ਦੇ ਉੱਤੇ ਕਾਲਾ ਧੰਦਾ ਲੱਗਿਆ ਕਿ 5 ਮੈਂਬਰ ਪਹਿਲਾਂ ਭੇਜਦੇ ਆ ਗੈਰ ਪੰਜਾਬੀ, ਉਹਨਾਂ ਨੇ ਉਹ ਜਿਹੜੀ ਇਹ ਪੰਜਾਬ ਦੇ ਨਾਲ ਬੇਈਮਾਨੀ ਕੀਤੀ ਹੈ ਉਹ ਠੀਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਤੇ ਬੜਾ ਚੰਗਾ ਜਿਹੜਾ ਸੁੱਚੇਵਾਲ ਸਾਹਿਬ ਨੂੰ ਮੈਂਬਰ ਪਾਰਲੀਮੈਂਟ ਭੇਜ ਰਹੇ ਹੈ। ਸਰ ਮਾਨ ਸਾਹਿਬ, ਬਾਹਰਲੀ ਸੈਂਟਰ ਦੀ ਫੋਰਸਾਂ ਅੱਜ ਆਈਆਂ ਹੋਈਆਂ 6 ਜੂਨ ਨੂੰ ਲੈ ਕੇ, ਤੁਸੀਂ ਕਹਿ ਰਹੇ ਹੋ ਕਿ ਤੁਸੀਂ ਘੱਲੂਘਾਰਾ ਦਿਵਸ ਨੂੰ ਇੱਕ ਸ਼ਹੀਦੀ ਰੂਪ 'ਤੇ ਮਨਾਓਗੇ, ਪਰ ਕਿਹਾ ਜਾ ਰਿਹਾ ਕਿ ਉਸ ਟਾਈਮ ਸ਼ਾਂਤੀ ਭੰਗ ਹੋ ਸਕਦੀ ਹੈ। ਕੁਝ ਹਿੰਦੂ ਸੰਗਠਨਾਂ ਨੇ ਵੀ ਕਿਹਾ ਕਿ ਅਸੀਂ ਤਿਰੰਗਾ ਯਾਤਰਾ ਕੱਢਾਂਗੇ, ਅਸੀਂ ਆਪਣੇ ਤਰੀਕੇ ਨਾਲ ਇਸ ਚੀਜ਼ ਨੂੰ ਮਨਾਵਾਂਗੇ, ਕੀ ਸਮਝਦੇ? ਹਿੰਦੂ ਸਾਡੇ ਭਰਾ ਹੈ, ਪਰ ਹਿੰਦੂਆਂ ਨੂੰ ਸ਼ੁਰੂ ਤੋਂ
ਸਾਡੇ ਸਿੱਖਾਂ ਦੇ ਉੱਤੇ ਸ਼ੱਕ ਰਿਹਾ ਉਹ ਅਸੀਂ ਸ਼ੱਕ ਕੱਢ ਨਹੀਂ ਸਕਦੇ ਤਾਂ ਫਿਰ ਅਸੀਂ ਕੁਛ ਕਰ ਨਹੀਂ ਸਕਦੇ। ਜਿੰਨੇ ਗੜਬੜ ਪਟਿਆਲੇ ਦੇ ਵਿੱਚ ਕਰਾਈ ਸਿੰਗਲੇ ਨੇ ਉਸ ਨੂੰ ਸੈਂਟਰ ਦੀ ਹੋਮ ਮਿਨਿਸਟਰੀ ਨੇ ਅਮਿਤ ਸ਼ਾਹ ਜੀ ਨੇ ਅਤੇ ਹੋਮ ਮਿਨਿਸਟਰੀ ਦੇ ਸਕੱਤਰ ਭੱਲਾ ਸਾਹਿਬ ਨੇ 10 ਗਨਮੈਨ ਦਿੱਤੇ ਹੈ ਅਤੇ ਸ਼ਿਵ ਸੈਨਾ ਦੇ ਹੈੱਡਕੁਆਰਟਰ ਤੋਂ ਬੰਦੇ ਆਏ ਸੀਗੇ ਡੀ ਜੀ ਪੀ ਨੂੰ ਮਿਲੇ ਸੀਗੇ ਚੰਡੀਗੜ੍ਹ। ਉਹਨਾਂ ਨੇ ਸ਼ਿਵ ਸੈਨਿਕਾਂ ਨੇ ਦੱਸਿਆ ਸੀ ਕਿ ਸਾਡੇ ਕੋਈ ਟੋਟਲੂ ਬੰਦੇ ਪਟਿਆਲੇ ਦੇ ਵਿੱਚ ਗੜਬੜ ਕਰਨਗੇ ਪਰ ਸਰਕਾਰ ਨੇ ਉਹਦੇ 'ਤੇ ਐਕਸ਼ਨ ਨਹੀਂ ਲਿਆ ਅਤੇ ਸਾਰਿਆਂ ਦੀ ਗਨਮੈਨ ਤਾਂ ਲਈ ਜਾਂਦੇ ਹੈ ਪਰ ਉਹ ਮੈਨੂੰ ਤੁਸੀਂ ਦੱਸੋ ਕਿ ਉਹ ਸਿਗਲੇ ਦੇ 10 ਗਨਮੈਨ ਜਿਹੜੇ ਅਮਿਤ ਸ਼ਾਹ ਅਤੇ ਭੱਲਾ ਸਾਹਿਬ ਨੇ ਦਿੱਤੇ ਹੈ ਉਹ ਵਾਪਸ ਕਿਉਂ ਨਹੀਂ ਹੁੰਦੇ ਜਿਹੜਾ ਇਹ ਏਡੀ ਗੜਬੜ ਪਟਿਆਲੇ ਦੇ ਵਿੱਚ ਹਿੰਦੂ ਅਤੇ ਸਿੱਖ ਦੀ ਕਰਕੇ ਗਿਆ ਹੈਗਾ।